ਪਿਛਲੇ ਮਹੀਨੇ ਖਬਰਾਂ ਆਈਆਂ ਸੀ ਕਿ ਸੰਜੇ ਦੱਤ ਦੀ ਆਈਕੋਨਿਕ ਫਿਲਮ ਖਲਨਾਇਕ ਦਾ ਸੀਕੁਅਲ ਬਣਨ ਜਾ ਰਿਹਾ ਹੈ ਤੇ ਟਾਈਗਰ ਸ਼ਰਾਫ ਇਸ ਫਿਲਮ 'ਚ ਖਲਨਾਇਕ ਦਾ ਕਿਰਦਾਰ ਅਦਾ ਕਰਦੇ ਦਿਖਾਈ ਦੇਣਗੇ। ਪਰ ਹੁਣ ਸੰਜੇ ਦੱਤ ਨੇ ਖੁਦ ਇਸ ਗੱਲ ਦੀ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਖਲਨਾਇਕ 2 ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਟਾਈਗਰ ਸ਼ਰਾਫ ਨੂੰ ਲੀਡ ਰੋਲ ਵਿੱਚ ਕਾਸਟ ਕਰ ਲਿਆ ਗਿਆ ਹੈ। ਰਿਪੋਰਟ ਦੀ ਮੰਨੀਏ ਤਾਂ ਖਲਨਾਇਕ 2 ਸੰਜੇ ਦਾ ਸਭ ਤੋਂ ਕਰੀਬੀ ਪ੍ਰੋਜੈਕਟ ਹੈ ਔਰ ਸੰਜੇ ਇਸ ਫਿਲਮ ਨਾਲ ਕੋਈ ਚਾਂਸ ਨਹੀਂ ਲੈਣਾ ਚਾਹੁੰਦੇ। ਇਸ ਫਿਲਮ ਨੂੰ ਸੰਜੂ ਬੈਸਟ ਦੇਣਾ ਚਾਹੁੰਦੇ ਹੈ। ਕੁਝ ਦਿਨਾਂ ਪਹਿਲਾਂ ਸੰਜੂ ਨੇ ਦੁਬਈ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਖਲਨਾਇਕ ਦੇ ਸੀਕੁਅਲ ਤੇ ਕਿਹਾ ਸੀ, ਆਈ ਕੈਨ ਨਾਟ ਸਪੀਕ ਅਬਾਊਟ ਅਦਰਸ ਬਟ ਵੀ ਆਰ ਡੈਫੀਨੇਟਲੀ ਪਲੈਨਿੰਗ ਟੂ ਮੇਕ ਅ ਸੀਕੁਅਲ ਔਨ ਖਲਨਾਇਕ। ਦ ਫਿਲਮ ਵਿਲ ਬੀ ਪ੍ਰੋਡਿਊਸਡ ਅੰਡਰ ਸੰਜੇ ਦੱਤ ਇਸ ਪ੍ਰੋਡਕਸ਼ਨ ਹਾਊਸ। ਵੀ ਆਰ ਕਰੰਟਲੀ ਅੰਡਰ ਦ ਟਾਕਸ ਅਬਾਊਟ ਦ ਫਿਲਮ ਐਂਡ ਟਾਈਗਰ ਸ਼ਰਾਫ ਹੈਜ਼ ਆਲਸੋ ਬੀਨ ਅਪਰੋਚਡ ਫਾਰ ਦ ਲੀਡ ਰੋਲ ਇਨ ਦ ਫਿਲਮ। ਟਾਈਗਰ ਸ਼ਰਾਫ ਇਸ ਫਿਲਮ ਵਿੱਚ ਮਾਧੁਰੀ ਤੇ ਜੈਕੀ ਸ਼ਰਾਫ ਦੇ ਬੇਟੇ ਬਣ ਕੇ ਫਿਲਮ ਦੇ ਸੀਕੁਅਲ ਨੂੰ ਅੱਗੇ ਵਧਾਉਂਦੇ ਨਜ਼ਰ ਆ ਸਕਦੇ ਹੈ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਕਿ ਸੰਜੇ ਇਸ ਫਿਲਮ ਦੇ ਪਹਿਲੇ ਡਰਾਫਟ ਤੋਂ ਸੈਟਿਸਫਾਈਡ ਨਹੀਂ ਹੋਏ। ਉਹ ਆਪਣੀ ਇਸ ਹਿੱਟ ਐਂਡ ਡਰਾਮਾ ਫਿਲਮ ਨੂੰ ਇੱਕ ਵਾਰ ਫੇਰ ਬਲੌਕ ਬਾਸਟਰ ਹੀ ਦੇਖਣਾ ਚਾਹੁੰਦੇ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਖਲਨਾਇਕ ਸੁਭਾਸ਼ ਗਈ ਦੀ ਡਾਇਰੈਕਸ਼ਨ ਵਿੱਚ ਬਣੀ ਸੀ ਤੇ ਵੱਡੀ ਹਿੱਟ ਸਾਬਿਤ ਹੋਈ ਸੀ। ਫਿਲਮ ਵਿੱਚ ਜੈਕੀ ਸ਼ਰਾਫ, ਮਾਧੁਰੀ ਦੀਕਸ਼ਿਤ ਤੇ ਖਾਸ ਕਰ ਸੰਜੇ ਦੱਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਤੇ ਹੁਣ ਦੇਖਦੇ ਹਾਂ ਕਿ ਸੰਜੇ ਦੱਤ ਟਾਈਗਰ ਨਾਲ ਇਸ ਫਿਲਮ ਨੂੰ ਬਾਕਸ ਆਫਿਸ ਤੇ ਕਦੋਂ ਲੈ ਕੇ ਆਉਂਦੇ ਹੈ। ਤੁਸੀਂ ਹੋਰ ਖਬਰਾਂ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਐਂਟਰਟੇਨਮੈਂਟ ਦੀਆਂ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।